ਆਪਣੇ ਚਰਨ ਪਾਏ ਸੀ ਉਹ ਨੇ ਕਿ ਸਾਡੇ ਕੋਲ ਉਹ ਮਹਾਨ ਸ਼ਖਸੀਅਤ ਅੱਜ ਪਹੁੰਚੀ ਹੋਈ ਆ ਉਹ ਨੇ ਮਾਨਯੋਗ ਜੋਗਿੰਦਰ ਰਾਏ ਜੀ ਜਿਹੜੇ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਵਾਸਤੇ ਦਿਨ ਰਾਤ ਕਰ ਰਹੇ ਨੇਗੇ ਉਹ ਪਹੁੰਚੇ ਹੋਏ ਆ ਮੈਂ ਹੁਣ ਬੇਨਤੀ ਕਰਦਾ ਮਾਨਯੋਗ ਜੋਗਿੰਦਰ ਰਾਏ ਜੀ ਉਹ ਆਪਣੇ ਵਿਚਾਰਾਂ ਨੂੰ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਨ ਤਾਂ ਇਹਦੇ ਨਾਲ ਨਜ਼ਦੀਕੀ ਇਲਾਕੇ ਦੇ ਸਾਰੇ ਹੀ ਸੂਝਵਾਨ ਔਰ ਵਿਦਵਾਨ ਸਾਥੀ ਅੱਜ ਬਾਬਾ ਸਾਹਿਬ ਦੇ 63ਵੇਂ ਪ੍ਰੀਨਿਰਵਾਨ ਦਿਵਸ ਦੇ ਉੱਪਰ ਇਕੱਤਰ ਹੋ ਕੇ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਚੱਲਦਿਆਂ ਹੋਇਆਂ ਉਹਨਾਂ ਨੂੰ ਆਪਣੇ ਮਨੋਂ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਤਰ ਹੋਏ ਨੇ ਮੈਂ ਵੀ ਤੁਹਾਡੇ ਵਿੱਚ ਆਣ ਕੇ ਸੁਭਾਗਾ ਸਮਝਦਾ ਹਾਂ ਕਿ ਜਿਨ੍ਹਾਂ ਨੂੰ ਬੁੱਧੀਜੀਵੀ ਸਾਥੀਆਂ ਦੇ ਵਿੱਚ ਬੈਠ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਅੱਜ 63ਵੀਂ ਪ੍ਰੀ ਨਿਰਵਾਣ ਦਿਵਸ ਦੇ ਉੱਪਰ ਆਪਾਂ ਉਹਨਾਂ ਦੇ ਵਿਚਾਰਧਾਰਾ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਉੱਥੇ ਵਿਚਾਰ ਚਰਚਾ ਕਰ ਰਹੇ ਹਾਂ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਅਸੀਂ ਆਪਣੇ ਰਹਿਬਰਾਂ ਦੇ ਇਸ ਤਰ੍ਹਾਂ ਦੇ ਮੁੱਖ ਜਿਹੜੇ ਦਿਨ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਪ੍ਰਤੀਗਿਆਵਾਂ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਚੱਲਣਾ ਉਹਨਾਂ ਦੀ ਸਿੱਖਿਆ ਦਾ ਪ੍ਰਚਾਰ ਕਰਨਾ ਉਹਨਾਂ ਦੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣਾ ਇਹ ਸਾਡਾ ਇੱਕ ਪਰਮ ਕਰਤੱਵ ਬਣ ਜਾਂਦਾ ਹੈ ਜਿਸ ਨੂੰ ਨਿਭਾਉਣ ਦੇ ਵਿੱਚ ਸਾਰੇ ਸਾਥੀ ਬਹੁਤ ਤਨ ਮਨ ਧਨ ਦੇ ਨਾਲ ਆਪਣੀ ਮਿਹਨਤ ਕਰ ਰਹੇ ਨੇ ਇਸ ਗੱਲ ਦੀ ਸਾਰੇ ਸਾਥੀਆਂ ਦੇ ਉੱਤੇ ਬਹੁਤ ਬਹੁਤ ਸਾਰੇ ਸਾਥੀਆਂ ਦਾ ਧੰਨਵਾਦ ਸਾਥੀਓ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਆਪਣੇ ਸਮੇਂ ਦੇ ਵਿੱਚ ਇਸ ਦੁਨੀਆ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਪੂਰੇ ਸੰਸਾਰ ਦਾ ਵਿਸ਼ਲੇਸ਼ਣ ਕੀਤਾ ਬਈ ਜਿਹੜੇ ਭਾਰਤ ਦੇ ਜਾਤੀਵਾਦੀ ਵਿਵਸਥਾ ਦੇ ਵਿੱਚ ਲੋਕ ਦਰਿਦਰਤਾ ਦੇ ਨਾਲ ਜੀ ਰਹੇ ਨੇ ਕੀ ਬਾਹਰਲੀ ਦੁਨੀਆ ਵਿੱਚ ਵੀ ਇੱਦਾਂ ਜੀ ਰਹੇ ਨੇ ਤਾਂ ਜਦੋਂ ਉਹ ਬਾਹਰ ਪੜ੍ਹਨ ਗਏ ਤਾਂ ਉਹਨਾਂ ਨੇ ਦੇਖਿਆ ਕਿ ਬਾਹਰਲੇ ਜਿਹੜੇ ਦੇਸ਼ ਹੈ ਉੱਥੇ ਕੋਈ ਜਾਤ ਪਾਤ ਨਹੀਂ ਹੈ ਉੱਥੇ ਕੋਈ ਭਿੰਨ ਭੇਦ ਨਹੀਂ ਹੈ ਉੱਥੇ ਇਨਸਾਨੀਅਤ ਪਰੇ ਕਾਨੂੰਨ ਨੇ ਕਾਨੂੰਨ ਬੇਸ਼ੱਕ ਘੱਟ ਨੇ ਪਰ ਲਾਗੂ ਨੇ ਔਰ ਉੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਹੈ ਕਿਸੇ ਨਾਲ ਇਨਸਾਨੀਅਤ ਤੌਰ ਦੇ ਉੱਤੇ ਕੋਈ ਨਫ਼ਰਤ ਦਾ ਭੇਦਭਾਵ ਜਿਹੜਾ ਹੈ ਉਹ ਨਹੀਂ ਹੈ ਤਾਂ ਜਦੋਂ ਉਹਨਾਂ ਨੇ ਇਹ ਗੱਲ ਦੇਖੀ ਜੋ ਉਹਨਾਂ ਦਾ ਇਹ ਇੱਕ ਤਜਰਬਾ ਸੀ ਭਾਰਤ ਦੇ ਵਿੱਚ ਰਹਿੰਦੇ ਹੋਇਆਂ ਉਹਨਾਂ ਨੇ ਇੰਨੇ ਜਾਤ ਪਾਤੀ ਡੰਗ ਝੱਲੇ ਇੰਨੀਆਂ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਝੱਲਿਆ ਉਹਨਾਂ ਨੂੰ ਪੜ੍ਹਨ ਵੇਲੇ ਵੀ ਸਮੱਸਿਆ ਉਹਨਾਂ ਨੂੰ ਪਾਣੀ ਪੀਣ ਵੇਲੇ ਵੀ ਸਮੱਸਿਆ ਉਹਨਾਂ ਨੂੰ ਵਾਲ ਕਟਾਉਣ ਵੇਲੇ ਵੀ ਸਮੱਸਿਆ ਉਹਨਾਂ ਨੂੰ ਕਿਸੇ ਟਾਂਗੇ ਰੇਸ਼ੇ 'ਤੇ ਬੈਠਣ ਲਈ ਵੀ ਸਮੱਸਿਆ ਉਹਨਾਂ ਨੂੰ ਕਿਤੇ ਮਕਾਨ ਕਿਰਾਏ ਦਾ ਲੈਣ ਲਈ ਵੀ ਸਮੱਸਿਆ ਉਹਨਾਂ ਨੂੰ ਬੰਦੇ ਦੇ ਬੰਦੇ ਨਾਲ ਤਾਲਮੇਲ 'ਤੇ ਵੀ ਇੰਨੀ ਉਹਨਾਂ ਨਾਲ ਸਮੱਸਿਆਵਾਂ ਹੁੰਦੀਆਂ ਰਹੀਆਂ ਕਿ ਉਹ ਆਪ ਇੱਕ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਦਾ ਚਪੜਾਸੀ ਵੀ ਉਹਨਾਂ ਦੇ ਨਾਲ ਭਿੰਨ ਭੇਦ ਕਰਦਾ ਰਿਹਾ ਉਹ ਵੀ ਉਹਨੂੰ ਪਾਣੀ ਦਾ ਗਲਾਸ ਦੇਣ ਲੱਗਿਆ ਥੱਲੇ ਉੱਪਰੋਂ ਬਹੁਤ ਵਾਰੀ ਉਹ ਸੋਚਦਾ ਵਿਚਾਰਦਾ ਔਰ ਦੇਖਦਾ ਸੀ ਤਾਂ ਸਾਥੀਓ ਇਸ ਭਿੰਨਤਾ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤੈਅ ਕੀਤਾ ਕਿ ਵੀ ਇਸ ਜਿਹੜੀ ਇਹ ਜਿਹੜੀ ਵਿਚਾਰਧਾਰਾ ਹੈ ਇਹ ਜਿਹੜੀ ਸਾਡੀ ਸਮੱਸਿਆ ਹੈ ਮੈਂ ਇਸ ਨੂੰ ਜਿੰਨਾ ਚਿਰ ਹੱਲ ਨਹੀਂ ਕਰ ਲੈਂਦਾ ਮੈਂ ਆਪਣੇ ਦੇਸ਼ ਦੇ ਅੰਦਰ ਸਮਾਨਤਾ ਸੁਤੰਤਰਤਾ ਭਾਈਚਾਰਾ ਔਰ ਨਿਆਂ ਦੇ ਉੱਤੇ ਆਧਾਰਿਤ ਇੱਕ ਸਮਾਜ ਦੀ ਸਿਰਜਣਾ ਨਹੀਂ ਕਰ ਲੈਂਦਾ ਤਾਂ ਮੈਂ ਉਹਨਾਂ ਦੇ ਚੈਨ ਨਾਲ ਨਹੀਂ ਬੈਠਾਂਗਾ ਤਾਂ ਸਾਥੀਓ ਉਹਨਾਂ ਨੇ ਇੱਦਾਂ ਦੀ ਆਪਣੀ ਪ੍ਰਤਿਗਿਆ ਲਈ ਔਰ ਇਹਨਾਂ ਪ੍ਰਤਿਗਿਆਵਾਂ ਨੂੰ ਅਸੀਂ ਉਹਨਾਂ ਦੇ ਇਹਨਾਂ ਦਿਨਾਂ ਦੇ ਉੱਤੇ ਯਾਦ ਕਰਦੇ ਹਾਂ ਇਸ ਲਈ ਕਿ ਮਾਸਟਰ ਰਣਜੀਤ ਸਿੰਘ ਜੀ ਨੇ ਗੱਲ ਬੜੀ ਪਿਆਰੀ ਗੱਲ ਕਹੀ ਬੜੇ ਸੌਖੇ ਅਤੇ ਸਹਿਜ ਢੰਗ ਨਾਲ ਕਹੀ ਕਿ ਵੀ ਅਸੀਂ ਗੱਲਾਂ ਕਰ ਲੈਂਦੇ ਹਾਂ ਲੇਕਿਨ ਉਹ ਉੱਤੇ ਅਮਲ ਨਹੀਂ ਕਰਦੇ ਅਸੀਂ ਉਸ ਗੱਲ ਨੂੰ ਅੱਗੇ ਨਹੀਂ ਵਧਾਉਂਦੇ ਅਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਨਹੀਂ ਲੈ ਕੇ ਜਾਂਦੇ ਅਮਰ ਸਿੰਘ ਜੀ ਨੇ ਵੀ ਇਹ ਗੱਲ ਆਖੀ ਕਿ ਵੀ ਸਾਨੂੰ ਆਪਣੇ ਰਿਸ਼ਤੇ ਨਾਤਿਆਂ ਔਰ ਭਾਈਚਾਰੇ ਦੇ ਵਿੱਚ ਇਹ ਬਾਬਾ ਸਾਹਿਬ ਦਾ ਸੁਨੇਹਾ ਆਪਣੇ ਰਹਿਬਰਾਂ ਦਾ ਸੁਨੇਹਾ ਸਾਨੂੰ ਲੈ ਕੇ ਅੱਗੇ ਜਾਣਾ ਚਾਹੀਦਾ ਹੈ ਔਰ ਜਿੰਨਾ ਚਿਰ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਨਹੀਂ ਪਹੁੰਚਾ ਦਿੰਦੇ ਤਾਂ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਉਣ ਦੇ ਵਿੱਚ ਜਿਹੜੀਆਂ ਅੱਜ ਮੁਸ਼ਕਲਾਂ ਸਾਡੇ ਸਾਹਮਣੇ ਅੜਿੱਕਾ ਬਣ ਕੇ ਖੜੀਆਂ ਨੇ ਉਹ ਇੱਦਾਂ ਹੀ ਖੜੀਆਂ ਰਹਿਣਗੀਆਂ ਤਾਂ ਕਿਉਂਕਿ ਜਿਹੜਾ ਸਾਡਾ ਦੁਸ਼ਮਣ ਹੈ ਉਹ ਸਾਡੇ ਕੋਲੋਂ ਸਿੱਖ ਕੇ ਵੀ ਇਹਨਾਂ ਨੂੰ ਕਿੱਦਾਂ ਨਾਲ ਜੋੜਨਾ ਉਹ ਸਾਨੂੰ ਆਪਣੇ ਨਾਲ ਜੋੜ ਲੈਂਦਾ ਪਰ ਅਸੀਂ ਉਹਨਾਂ ਕੋਲੋਂ ਇਹ ਗੱਲ ਨਹੀਂ ਸਿੱਖਦੇ ਵੀ ਉਹ ਥੋੜ੍ਹੇ ਹੁੰਦੇ ਹੋਇਆਂ ਵੀ ਸਾਡੀ ਵੋਹ ਗਿਣਤੀ ਨੂੰ ਕਿੱਦਾਂ ਆਪਣੇ ਕਾਬੂ 'ਚ ਰੱਖ ਕੇ ਚੱਲੇ ਫਿਰਦੇ ਨੇ ਤਾਂ ਅਸੀਂ ਆਪਣੇ ਆਪ ਨੂੰ ਨਮਾਣੇ ਨਤਾਣੇ ਜੇ ਸਮਝਦੇ ਰਹਿੰਦੇ ਹਾਂ ਉਹ 3% ਲੋਕ ਨੇ ਅਸੀਂ 90% ਤੋਂ ਵੱਧ ਲੋਕ ਹੈ ਤਾਂ ਸਾਡੀ ਸਮੱਸਿਆ ਤਾਂ ਬਿਲਕੁਲ ਹੋਣੀ ਨਹੀਂ ਚਾਹੀਦੀ ਇਹ ਤਾਂ 3% ਲੋਕਾਂ ਦੀ ਸਮੱਸਿਆ ਹੋਣੀ ਚਾਹੀਦੀ ਹੈ ਵੀ ਉਹਨਾਂ ਦੇ ਹੱਥ ਵਿੱਚ ਰਾਜ ਭਾਗ ਨਹੀਂ ਆ ਰਿਹਾ ਜੇ ਨਹੀਂ ਆ ਰਿਹਾ ਤਾਂ ਕਿਵੇਂ ਲੈਣਾ
उन्होंने तो इसे विचार कर लिए, इसे उन्होंने मंथन कर लिया, इसे उन्होंने अपनिया देवियां प्रगट कर लिया, ये उन्होंने सौ बहाली जिहड़ी देवी आ ईवीएम वह पैदा कर ली, उसके राही अपनिया राजगद्दियां जिहड़ियां ने वह कायम करके बैठे ने। उतावले होवोंगे तुसीं कर कुछ नहीं पाओगे, अज तुसीं बोल सकते हो तुसीं बोलते नहीं, कल नूं तुसीं बोलण नूं तरसोंगे तुसीं बोल नहीं पाओगे। तो साथियों इदां दे कानून साढ़े ते लागू होण वाले ने, इहनां नूं इहनां तों जे बचना तां बाबा साहब दे अज इस 63वें प्री नवराम दिवस दे उप्पर उहनां दे उहनां नूं सच्ची श्रद्धांजलि इह होएगी कि उहनां दे बणाए कानून दे उप्पर उहनां दे संविधान दे मुताबक इस देश नूं चलाउण दे लई आपां उत्साहित होइए, असीं जदोजहद करिए, और वो जिहड़े ब्राह्मणवादी लोग है उन्होंने इस सत्ता तो बाहर करके उन्होंने पासे करके सत्ता जी है ये जिहड़ा इत्थे दा मूल निवासी वर्ग है वो मूल निवासी वर्ग के हाथ में इस देश की सत्ता आए तो तदे असी बच सकते हैं, नहीं तो साडा 100% मरना तय है। जय भीम, जय भारत, जय